ਇਹਨਾਂ 'ਤੇ ਹੈ ਕਿ ਸਾਰੀ ਸਰਕਾਰ ਹੀ ਜਿਹੜੀ ਹੈ ਨਾ ਜੀ ਇਸ ਵੇਲੇ ਜ਼ੀਰੋ ਹੋਈ ਪਈ ਹੈ। ਕੋਈ ਕਿਸੇ ਮੰਤਰੀ ਦੀ ਫੰਕਸ਼ਨਿੰਗ ਨਹੀਂ, ਕਿਸੇ ਐੱਮ ਐੱਲ ਏ ਦੀ ਕੋਈ ਫੰਕਸ਼ਨਿੰਗ ਨਹੀਂ, ਔਰ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਵੀ ਸਾਰੀ ਨਿਹੱਥੀ ਹੋ ਕੇ ਬੈਠੀ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਅੱਜ ਸੀਜ਼ਨ ਜਿਹੜਾ ਹੈ ਉਹ ਝੋਨੇ ਦਾ ਸੀਜ਼ਨ ਹੈ, ਔਰ ਇਸ ਸੀਜ਼ਨ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੁੰਦੀ ਹੈ ਜ਼ਿਮੀਦਾਰ ਲਈ ਖਾਸ ਕਰਕੇ ਉਹ ਬਿਜਲੀ ਦੀ ਹੁੰਦੀ ਹੈ। ਅੱਜ ਜਿਹੜੀ 24 ਘੰਟੇ ਬਿਜਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਅਸੀਂ ਬਿਜਲੀ ਪੈਦਾ ਕੀਤੀ ਸੀ, ਵਾਧੂ ਸਰਪਲਸ ਬਿਜਲੀ ਜਿਹੜੀ ਸੀ ਦਿੱਤੀ ਸੀ, ਅਤੇ 24 ਘੰਟੇ ਬਿਜਲੀ ਲਗਾਤਾਰ ਚੱਲਦੀ ਸੀਗੀ ਅਤੇ ਕਦੀ ਕੋਈ ਕੱਟ ਨਹੀਂ ਸੀ ਲੱਗਦਾ। ਇਨਵਰਟਰਾਂ ਅਤੇ ਜਿਹੜੇ ਦੂਜੇ ਲੋਕ ਸੀ ਜਨਰੇਟਰ ਵਾਲੇ ਸਭ ਕਹਿੰਦੇ ਸੀ ਵੀ ਅਸੀਂ ਤਾਂ ਫੇਲ ਹੋ ਗਏ। ਉਹ ਬਿਜਲੀ ਅੱਜ ਇੰਨੀ ਗਾਇਬ ਹੋਈ ਪਈ ਹੈ ਕਿ ਕਦੀ ਪਿੰਡਾਂ ਦੇ ਵਿੱਚ 4 ਘੰਟੇ 5 ਘੰਟੇ ਤੋਂ ਵੱਧ ਲੱਭਦੀ ਨਹੀਂ, ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਕੱਟ ਲੱਗਦੇ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਮੰਤਰੀ ਬਣਿਆ ਸਰਦਾਰ ਨਵਜੋਤ ਸਿੰਘ ਸਿੱਧੂ, ਉਹਨੂੰ ਪਤਾ ਹੀ ਨਹੀਂ ਕਿ ਮੇਰੀ ਡਿਊਟੀ ਕੀ ਹੈ। ਪਹਿਲਾਂ ਵੀ ਜਿਹੜੀਆਂ ਸਿਰਫ ਉਹ ਆਪਣੀ ਕਮੈਂਟਰੀ ਕਰਕੇ ਲੋਕਾਂ ਨੂੰ ਖੁਸ਼ ਕਰ ਛੱਡਦਾ ਸੀਗਾ ਅਤੇ ਵੋਟਾਂ ਲੈ ਕੇ ਜਿੱਤ ਜਾਂਦੇ, ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਉਹਦਾ ਅਸਲੀ ਚਿਹਰਾ ਕੀ ਹੈ, ਉਹਦੇ ਅੰਦਰ ਸੋਚ ਕੀ ਹੈ। ਉਹ ਪੰਜਾਬ ਮਾਰੂ ਸੋਚ ਰੱਖਦਾ, ਪੰਜਾਬ ਦੇ ਲੋਕਾਂ ਨੇ ਧੋਖਾ ਕੀਤਾ, ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਅੱਜ ਉਹਨੇ ਬਹੁਤ ਵੱਡਾ ਪਾਪ ਕਰ ਰਿਹਾ ਕਿ ਅੱਜ ਕਿਸਾਨ ਮਰ ਰਿਹਾ, ਕਿਸਾਨ ਡੁੱਬ ਰਿਹਾ, ਕਿਸਾਨ ਵਿਚਾਰਾ ਸੋਕੇ ਨਾਲ ਤੜਫਦਾ ਪਿਆ। ਬਿਜਲੀ ਦੀ ਅੱਜ ਕੋਈ ਨਜ਼ਰ ਨਹੀਂ ਆਉਂਦੀ, ਕੋਈ ਇੱਕ ਵੀ ਯੂਨਿਟ ਜਿਹੜੀ ਹੈ ਕਦੀ ਉਹਨਾਂ ਨੂੰ ਲੋਕਾਂ ਨੂੰ ਦਿਸਦੀ ਨਹੀਂ, ਪਰ ਅੱਜ ਉਹ ਜਿਹੜੀ ਐਡੀ ਵੱਡੀ ਜ਼ਿੰਮੇਵਾਰੀ ਹੈ ਅੱਜ ਸਾਰੀ ਉਹ ਜ਼ਿੰਮੇਵਾਰੀ ਛੱਡ ਕੇ ਲੁਕਦਾ ਫਿਰਦਾ, ਇਹ ਵੀ ਨਹੀਂ ਸਮਝ ਵੀ ਹੈ ਕਿੱਥੇ ਹੈ। ਸੋ ਕੈਪਟਨ ਅਮਰਿੰਦਰ ਸਿੰਘ ਜੀ ਉਹ ਵੀ ਉਹਨਾਂ ਨੂੰ ਖਿੱਚਦੇ ਹੀ ਨਹੀਂ, ਨਾ ਉਹਦੇ ਕੋਈ ਕੰਟਰੋਲ ਨਹੀਂ ਰਹਿ ਗਿਆ ਸਰਕਾਰ ਦੇ ਉੱਤੇ, ਕੋਈ ਮੰਤਰੀਆਂ 'ਤੇ ਕੰਟਰੋਲ ਨਹੀਂ ਰਹਿ ਗਿਆ। ਸੋ ਮੈਂ ਸਮਝਦੀ ਸਾਡੀ ਬਦਕਿਸਮਤੀ ਹੈ ਇਹੋ ਜਿਹੇ ਜਿਹੜੇ ਮੰਤਰੀ ਬਣ ਜਾਂਦੇ ਹੈ, ਉਹ ਕਾਂਗਰਸ ਦੇ ਵਿੱਚ ਇੱਦਾਂ ਦੇ ਕੰਮ ਕਰਦੇ ਆ ਕਿ ਸਰਦਾਰ ਪ੍ਰਕਾਸ਼ ਦੇ ਪੰਜਾਬ ਜਿਹੜਾ ਸਾਰਾ ਅੱਜ ਤਬਾਹੀ ਦੇ ਕੰਢੇ 'ਤੇ ਹੋਇਆ ਪਿਆ। ਸਿੱਧੂ ਹੋਰਾਂ ਨੂੰ ਕੁਛ ਕਹਿਣਾ ਚਾਹੋਗੇ? ਚਲਦੀ ਮਹਿਕਮਾ ਦੇਖੋ ਜੀ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਤੇਰੀ ਜ਼ਿੰਮੇਵਾਰੀ ਹੈ, ਤੂੰ ਬੜੀਆਂ ਲੋਕਾਂ ਦੀਆਂ ਆਸਾਂ ਪੂਰੀਆਂ ਕਰਨੀਆਂ ਹੁੰਦੀਆਂ, ਲੋਕਾਂ ਨੇ ਤੁਹਾਡੇ 'ਤੇ ਬੜੀਆਂ ਆਸਾਂ ਲਾਈਆਂ ਹੁੰਦੀਆਂ। ਜਿਹੜਾ ਜੇ ਤੁਸੀਂ ਆਪਣੀ ਡਿਊਟੀ ਤੋਂ ਭੱਜੋਗੇ ਤਾਂ ਤੁਸੀਂ ਇਨਸਾਨ ਨਹੀਂ ਖਵਾ ਸਕਦੇ, ਤੁਸੀਂ ਆਪਣੀ ਡਿਊਟੀ ਤੋਂ ਭੱਜ ਰਹੇ ਹੋ। ਜਲਦੀ ਆਪਣਾ ਮਹਿਕਮਾ ਸੰਭਾਲਣਾ ਚਾਹੀਦਾ ਤਾਂ ਜੋ ਲੋਕਾਂ ਦੀਆਂ ਤਕਲੀਫਾਂ ਨੂੰ ਹੱਲ ਕੀਤਾ ਜਾ ਸਕਦਾ, ਪਰ ਉਹ ਤੋਂ ਆਸ ਹੀ ਨਹੀਂ ਕੋਈ। ਅੱਗੇ ਲੋਕਲ ਬੋਡੀ ਵੀ ਸੀਗਾ, ਉਹ ਵੀ ਨਹੀਂ ਸੀ ਉਹਨੇ ਆਸ ਪੂਰੀ ਕੀਤੀ ਲੋਕਾਂ ਦੀ, ਇਹ ਤੋਂ ਭਾਵੇਂ ਵਿਆਹ ਵੀ ਜਾਏਗਾ ਸਾਨੂੰ ਤਾਂ ਵੀ ਨਹੀਂ ਆਸ ਕਿ ਉਹ ਪੂਰੇ ਕੰਮ ਕਰ ਸਕਦਾ। ਬੀਜੇਪੀ ਨੇ ਗਵਰਨਰ ਨੂੰ ਚਿੱਠੀ ਲਿਖੀ ਕਿ ਸਿੱਧੂ ਦੇ ਐਕਸ਼ਨ ਹੋਵੇ, ਸਿੱਧੂ ਨੂੰ ਬਾਹਰ ਕੱਢਿਆ ਜਾਵੇ। ਇਹੋ ਜਿਹੇ ਨਲਾਇਕ ਮੰਤਰੀ ਨੂੰ ਰੱਖਣਾ ਹੀ ਨਹੀਂ ਚਾਹੀਦਾ, ਇਹੋ ਜਿਹਾ ਨਲਾਇਕ ਮੰਤਰੀ ਜਿਹੜਾ ਕੰਮ ਹੀ ਨਹੀਂ ਕਰਨਾ ਚਾਹੁੰਦਾ, ਜਿਹਨੂੰ ਪਤਾ ਹੀ ਨਹੀਂ ਕਿ ਲੋਕਾਂ ਦੀਆਂ ਮੁਸੀਬਤਾਂ ਕੀ ਹੈ, ਲੋਕਾਂ ਦੀਆਂ ਮੁਸ਼ਕਲਾਂ ਕੀ ਹੈ, ਉਹਨੂੰ ਹੱਲ ਕਿੱਦਾਂ ਕਰਨਾ, ਤਾਂ ਉਹਨੂੰ ਡਿਊਟੀ 'ਤੇ ਰਹਿਣ ਦਾ ਵੈਸੇ ਤਾਂ ਹੱਕ ਹੀ ਕੋਈ ਨਹੀਂ, ਆਪਣੀ ਪੋਸਟ 'ਤੇ ਰਹਿਣ ਦਾ ਹੱਕ ਹੀ ਕੋਈ ਨਹੀਂ। ਅਤੇ ਕੈਪਟਨ ਅਮਰਿੰਦਰ ਸਿੰਘ ਸੋਚਣਾ ਚਾਹੀਦਾ, ਐਡੇ ਵੱਡੇ ਉਹਦੇ ਕੋਲ ਇੰਨੇ MLA ਹੈ, ਇਹਨੂੰ ਛੱਡ ਕੇ ਕਿਸੇ ਹੋਰ ਨੂੰ ਬਣਾ ਦੇਵੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।